ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਜਿਹੜੀ ਖਬਰ ਤੇ ਗੱਲਬਾਤ ਕਰਾਂਗੇ ਉਹ ਕਰਨਾਟਕ ਤੋਂ ਆ ਰਹੀ ਹੈ ਜਿੱਥੇ ਕੁਝ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਚਿੱਠੀ ਖੂਨ ਨਾਲ ਲਿਖੀ ਹੈ ਆਖਰ ਕਿਉਂ ਇਹ ਤੇ ਚਰਚਾ ਕਰਾਂਗੇ ਫਿਰੋਜ਼ਪੁਰ ਵਿੱਚ ਕੁਝ ਨੌਜਵਾਨਾਂ ਨੇ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ ਤੇ ਪਾਕਿਸਤਾਨ ਤੋਂ ਖਬਰ ਆ ਰਹੀ ਹੈ ਦੋ ਸਿੱਖ ਨੌਜਵਾਨਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਸਭ ਤੋਂ ਪਹਿਲਾਂ ਪੰਨ ਸਾਹਿਬ ਦਾ ਸਵਾਗਤ ਪੰਨ ਸਾਹਿਬ ਦਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨ ਸਾਹਿਬ ਕਰਨਾਟਕ ਤੋਂ ਖਬਰ ਆ ਰਹੀ ਹੈ ਕਿ ਕੁਝ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਖੂਨ ਦੇ ਨਾਲ ਕਹਿੰਦੇ ਜਾਂ ਸਾਨੂੰ ਨੌਕਰੀ ਦੇ ਦਿਓ ਜਾਂ ਫਿਰ ਅਸੀਂ ਅਤਵਾਦੀ ਬਣ ਜਾਣਾ ਪਿਛਲੇ ਲੰਬੇ ਸਮੇਂ ਤੋਂ ਨੌਕਰੀਆਂ ਨੌਜਵਾਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਕਿਵੇਂ ਦਿੱਖਦੀ ਹੈ ਖਬਰ ਨੂੰ ਗੱਲ ਹੈ ਨਵਜੀਤ ਜੀ ਇਹ ਗੱਲ ਠੀਕ ਹੈ ਕਿ ਕਈ ਵਾਰੀ ਜਦੋਂ ਬੰਦੇ ਨਾਲ ਬੇਇਨਸਾਫੀ ਹੁੰਦੀ ਆ ਉਹ ਅਤਵਾਦੀ ਬਣ ਜਾਂਦਾ ਜੀ ਕੁਝ ਲੋਕ ਕਿਸੇ ਸਿਧਾਂਤ ਕਰਕੇ ਕਿਸੇ ਖਾਸ ਸੋਚ ਕਰਕੇ ਅਤਵਾਦੀ ਵੀ ਬਣਦੇ ਦੇਖਿਆ ਗਰੀਬੀ ਤੋਂ ਤੰਗ ਆਏ ਵੀ ਬਣਦੇ ਦੇਖਿਆ ਪਰ ਅਸੀਂ नक्सली ਲੈਰ 1967 ਤੋਂ ਲੈ ਕੇ ਹੁਣ ਤੱਕ ਦੀਆਂ ਵੱਖ-ਵੱਖ ਲਹਿਰਾਂ 'ਚ ਉਹ ਲੋਕ ਵੀ ਅਤਵਾਦੀ ਬਣਦੇ ਦੇਖਿਆ ਜਿਹੜੇ ਖਾਂਦੇ ਪੀਂਦੇ ਘਰਾਂ ਤੋਂ ਸੀ ਸਭ ਕੁਝ ਛੱਡ ਕੇ ਤੇ ਮਰਨ ਮਾਰਨ ਵਾਲੇ ਪਾਸੇ ਤੁਰ ਪਏ ਉਹ ਜਿਹੜੇ ਇਸ ਤਰ੍ਹਾਂ ਤੁਰਦੇ ਉਹਨਾਂ ਦੀ ਗੱਲ ਵੱਖਰੀ ਆ ਆਮ ਹਾਲਾਤ ਵਿੱਚ ਨੌਜਵਾਨਾਂ ਨੂੰ ਇੰਨਾ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਤੰਗ ਆਮਦ ਬਜੰਗ ਆਮਦ ਦੇ ਮੁਹਾਵਰੇ ਦੇ ਉੱਤੇ ਤੁਰ ਪਏ ਤੇ ਤੁਰਪਣ ਮਰਨ ਤੇ ਮਰਨ ਵਾਸਤੇ ਤੁਰਪਣ ਇਹ ਹਾਲਾਤ ਕਦੇ ਕਦੇ ਦੇਸ਼ਾਂ ਵਿੱਚ ਪੈਦਾ ਹੋ ਜਾਂਦੇ ਨੇ ਕਈਆਂ ਸਮਾਂ ਤੇ ਹੋਏ ਨੇ ਹੁਣ ਕਰਨਾਟਕਾ ਚੋਂ ਜਿਹੜੀ ਖਬਰ ਆਈ ਆ ਖਬਰ ਬੜੀ ਸ਼ਰਮਨਾਕ ਕੰਨ ਦੀ ਪੁਲਿਸ ਭਰਤੀ ਸਬ ਇੰਸਪੈਕਟਰ ਭਰਤੀ ਕਰਨੇ ਆ ਉਹਨਾਂ ਸਬ ਇੰਸਪੈਕਟਰਾਂ ਦੀ ਭਰਤੀ 'ਚ ਹਜ਼ਾਰਾਂ ਹੀ ਨੌਜਵਾਨ ਹਨ ਪਰ ਰੱਖਣੇ ਕੁਝ ਸੈਂਕੜੇ ਆ ਤੇ ਪਤਾ ਲੱਗਾ ਕਿ ਉਸ ਭਰਤੀ 'ਚ ਵੱਡੇ ਪੱਧਰ ਤੇ ਹੇਰਾਫੇਰੀ ਹੋ ਗਈ ਜੀ ਇੱਕ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਚਿਊਸ਼ਨ ਵਿਦਿਅਕ ادارے ਦੇ ਵੱਡੇ ਟੀਚਰ ਨੂੰ ਵੱਡੇ ਨਾਮਣੇ ਵਾਲੇ ਟੀਚਰ ਨੂੰ ਇਹ ਕੰਮ ਦਿੱਤਾ ਗਿਆ ਕਿ ਤੂੰ ਭਰਤੀ ਦੀ ਨਿਗਰਾਨੀ ਕਰਨੀ ਹੈ ਉਹ ਡੱਕ ਨਾਮਨੇ ਬੜਾ ਨਿਕਲਿਆ ਕਿ ਉਹ ਸਿਰੇ ਦੀ ਬੇਸ਼ਰਮੀ ਨਾਲ ਪ੍ਰੇਸ਼ਤਾਚਾਰ ਕਰਨ ਲੱਗ ਪਿਆ ਇੱਕ ਚਾਹੇਤੇ ਨੂੰ ਜਾਉ ਚਾਹੇਤਾ ਜਾਉ ਦੇ ਤੋਂ ਕੁਝ ਲੈਣ ਦੇਣ ਕੀਤਾ ਜਾਂ ਕਿਸੇ ਵੱਡੇ ਦਾ ਚਾਹੇਤਾ ਉਹਨੇ ਅੱਧੇ ਕੁਐਸਚਨ ਕੀਤੇ ਵਗੈਰੀ ਛੱਡ ਦਿੱਤੇ ਤੇ ਉਹਨੂੰ 100% ਦੀ ਨੰਬਰ ਦੇ ਦਿੱਤੇ ਤੇ ਜਿਨ੍ਹਾਂ ਨੇ ਸਾਰੇ ਪੇਪਰ ਕੀਤੇ ਉਹਨਾਂ ਦੇ ਨੰਬਰ ਘਟ ਗਏ ਇਹ ਮਾਮਲੇ ਇਦਾਂ ਦੇ ਬੜੀ ਵਾਰ ਸਾਹਮਣੇ ਆਏ ਆ ਆ ਸਾਡੇ ਪੰਜਾਬ ਦੇ ਸੀਨੀਅਰ ਆਈਐਸ ਅਫਸਰ ਰਟੈਰ ਹੋਇਆ ਕਾਨ ਸਿੰਘ ਪੰਨੂ ਉਹਦੀ ਇੱਕ ਵੀਡੀਓ ਐਸੋਲੇ ਚੱਲਦੀ ਪਈ ਹੈ ਕਿ ਜਦੋਂ ਉਹ ਐਜੂਕੇਸ਼ਨ ادارے ਦਾ ਮੁਖੀ ਸੀ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਉਹਨੇ ਇੱਕ ਵਾਰੀ ਅਚਾਨਕ ਹੀ ਪੁੱਛਿਆ ਕਿ ਜਿਹੜੇ ਬੱਚੇ ਫੇਲ ਹੋ ਜਾਂਦੇ ਆ ਉਹਨਾਂ ਦੀ ਰੀਵੈਲਿਊਏਸ਼ਨ ਦੀਆਂ ਜਿਹੜੀਆਂ ਅਰਜ਼ੀਆਂ ਆਉਂਦੀਆਂ ਉਹਨਾਂ ਚੋਂ ਪਾਸ ਹੋਈ ਜਾਂਦੇ ਆ ਪਹਿਲਾਂ ਉਹ ਫੇਲ ਕਿਦਾਂ ਹੁੰਦੇ ਆ ਲਿਆਓ ਵਿਖਾਓ ਤਾਂ ਸੀ ਇੱਕ ਅਰਜੀ ਇਹੋ ਜਿਹੇ ਬੱਚੇ ਦੀ ਜਿਹਨੂੰ ਪਹਿਲਾਂ 0% ਕੋਈ ਨੰਬਰ ਹੀ ਨਹੀਂ ਤੇ ਮੁੜ ਕੇ ਚੱਕ ਕੇ ਇੱਕਦਮ ਮੈਰਿਟ ਤੇ 75 ਤੇ ਉਹਨੇ ਆਖਿਆ ਇਹ ਕਿਦਾਂ ਹੋ ਸਕਦਾ ਕਿ ਜਿਹੜਾ ਬੱਚਾ ਪਹਿਲਾਂ ਪੇਪਰ ਦੇਵੇ ਤੇ ਉਹਦਾ 0 ਨੰਬਰ ਆਵੇ ਤੇ ਹੁਣ ਸਿੱਧਾ ਹੀ ਸਿਖਰ ਤੇ ਪਹੁੰਚ ਜਾਵੇ ਇਹ ਕਿਦਾਂ ਹੋ ਸਕਦਾ ਇਹਦੇ ਪੇਪਰ ਲਿਆ ਕੇ ਵਿਖਾਓ ਕਹਿੰਦੇ ਜੀ ਪੇਪਰ ਤੇ ਕੰਡੀਸ਼ਨ ਹੈ ਕਿ ਤਿੰਨਾ ਮਹੀਨਾ ਬਾਅਦ ਸਾੜ ਦੇ ਦੇ ਇਸ ਕਰਕੇ ਸਾੜਤੇ ਹੋ ਨਹੀਂ ਲੱਭਣੇ ਇਹਦਾ ਮਤਲਬ ਕਿ ਕਲਰਕ ਬਾਦਸ਼ਾਹ ਹੋ ਗਏ ਜਿਹਨੂੰ ਜਿੰਨੇ ਮਰਜ਼ੀ ਨੰਬਰ ਦੇਈ ਜਾਣ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਇਹ ਜਿਹੜਾ ਤਰੀਕਾ ਉਹਨਾਂ ਨੇ ਅਪਣਾ ਲਿਆ ਇੱਥੇ ਕਲਾ ਨਹੀਂ ਕਈਆਂ ਥਾਵਾਂ ਤੇ ਸਾਡੇ ਇੱਥੇ 15-16 ਸਾਲ ਪਹਿਲਾਂ ਦੁਆਬੇ ਦੇ ਇੱਕ ਸਕੂਲ ਦੇ ਵਿੱਚ ਹੋਇਆ ਸੀ ਸੀਨੀਅਰ ਸੈਂਡਰ ਸਕੂਲ 'ਚ ਉੱਥੇ ਜ਼ਿਲ੍ਹਾ ਪੱਧਰ ਦਾ ਸਕੂਲ ਸੀਗਾ ਇੱਕ ਬੱਚਾ ਜਿਹੜਾ ਹਮੇਸ਼ਾ ਸ਼ੁਰੂ ਤੋਂ ਲੈ ਕੇ ਕਲਾਸ ਵਿੱਚ ਟੌਪ ਕਰਦਾ ਰਿਹਾ ਸਭ ਤੋਂ ਉੱਪਰ ਹੁੰਦਾ ਸੀ ਉਹ ਫੇਲ ਹੋ ਗਿਆ ਤੇ ਇੱਕ ਬੱਚਾ ਜਿਹੜਾ ਮਹਾਨ ਅਲੈਕ ਸੀ ਉਹ ਫਰਸਟ ਡਿਵੀਜ਼ਨ ਤੇ ਪਾਸ ਹੋ ਗਿਆ ਉਹਨਾਂ ਦੇ ਮਾਂ-ਬਾਪ ਨੇ ਆਖਿਆ ਸੀ ਪੇਪਰ ਵੇਖਣੇ ਪੇਪਰ ਵਿਖਾਉਣ ਨਾ ਉਹਨਾਂ ਜਾ ਕੇ ਅਦਾਲਤ ਤੋਂ ਚਰਜੀ ਦਿੱਤੀ ਅਦਾਲਤ ਨੇ ਪਹਿਲੀ ਗੱਲ ਤੇ ਇਹ ਉੱਥੇ ਆਰਡਰ ਕੀਤਾ ਕਿ ਪੇਪਰ ਸਾਡੇ ਨਹੀਂ ਜਾਣਗੇ ਫੋਕੇ ਨਹੀਂ ਜਾਣਗੇ ਵਿਚਾਲੇ ਰਿਆਂ ਤਹਿਸੀਲ ਕਰਦੇ ਦੂਜਾ ਕਮੇਟੀ ਬਣਾਈ ਕੇ ਪੜਤਾਲ ਕਰੋ ਜਾ ਕੇ ਪਤਾ ਲੱਗਾ ਕਿ ਦੋਹਾਂ ਦੇ ਪੇਪਰ ਵਟਾ ਦਿੱਤੇ ਗਏ ਪਿੰਨ ਵਿੱਚੋਂ ਕੱਢ ਕੇ ਸਟੈਪਲ ਵਾਲੀ ਬਾਹਰਲਾ ਜਿਹੜਾ ਸਫਾ ਉਹ ਦੋਵਾਂ ਦਾ ਆਪੋ ਆਪਣਾ ਰਹਿਣਾ ਤਾਂ ਅੰਦਰਲੇ ਸਫੇ ਸਾਰੇ ਵਟਾ ਤੇੜਾ ਨਲਾਇਕ ਸੀ ਉਹ ਮੈਰਿਟ ਤੇ ਆ ਗਿਆ ਤੇ ਜਿਹੜਾ ਮੈਰਿਟ ਵਾਲਾ ਬੱਚਾ ਸੀ ਉਹ ਫੇਲ ਹੋ ਗਿਆ ਤੇ ਕੀਤਾ ਕਿਨੇ ਸੀ ਸਕੂਲ ਦੇ ਹੈਡ ਟੀਚਰ ਨੇ ਉਹ ਕਿਉਂਕਿ ਇਮਤਿਆ ਨਦਾ ਵੀ ਨਾਲ ਲੋਕਲ ਗਾਰਡੀ ਨੂੰ ਹੋਦਾ ਉਹਨੇ ਕੀਤਾ ਸੀ ਇਹ ਜਿੱਥੇ ਜਿੱਥੇ ਇਸ ਤਰ੍ਹਾਂ ਦੀ ਕਰਤੂਤ ਹੁੰਦੀ ਉਹਦਾ ਨਤੀਜਾ ਹੋ ਨਿਕਲਦਾ ਹੁਣ ਕਰਨਾਟਕਾ ਦੇ ਵਿੱਚ ਪੁਲਿਸ ਦੀ ਭਰਤੀ 'ਚ ਇਹ ਕੁਛ ਹੋਇਆ ਸਾਡੇ ਪੰਜਾਬ ਵਿੱਚ ਵੀ ਇਹ ਪੁਲਿਸ ਦੀ ਭਰਤੀ 'ਚ ਕਈ ਵਾਰ ਰੌਲਾ ਪੈ ਚੁੱਕਾ ਜੀ ਕੱਲੀ ਪੁਲਿਸ ਦੀ ਭਰਤੀ 'ਚ ਕਿਉਂ ਪੈਂਦਾ ਇੱਥੇ ਕਿਹੜੀ ਭਰਤੀ ਆ ਜਿਹਦੇ 'ਚ ਨਹੀਂ ਪੈਂਦਾ ਇੱਥੇ ਤਾਂ ਕਲਾਸ ਫੋਰ ਰੱਖਣੇ ਹੋਣ ਸੇਵਾਦਾਰ ਰੱਖਣੇ ਹੋਣ ਪਾਣੀ ਦਾ ਗਲਾਸ ਪਿਉਣ ਵਾਸਤੇ ਫਾਈਲ ਦਾ ਘਟਾ ਝਾੜ ਕੇ ਅੱਗੇ ਰੱਖਣ ਵਾਸਤੇ ਸਵੇਰੇ ਉੱਠ ਕੇ ਮੇਜ਼ ਕੁਰਸੀਆਂ ਦੇ ਉੱਤੇ ਘਟਾ ਸਾਫ਼ ਕਰਨ ਵਾਲੇ ਰੱਖਣੇ ਹੁੰਣ ਉਹਦੀ ਭਰਤੀ ਚ ਵੀ ਹਰਿਆ ਫਰੀ ਹੁੰਦੀ ਆ ਔਰ ਮੰਤਰੀਆਂ ਤੇ ਮੁੱਖ ਮੰਤਰੀ ਤੱਕ ਦੀਆਂ ਸੰਪਰਚਾ ਆਉਂਦੀਆਂ ਨੇ ਜਿਹੜੇ ਮੁਲਕ ਵਿੱਚ ਆ ਪੱਧਰ ਹੋ ਜੇ ਇੱਕ ਵਾਰੀ ਇਹ ਹੋਇਆ ਸੀਗਾ 8-10 ਸਾਲ ਪਹਿਲਾਂ ਦੀ ਪੰਜਾਬ ਦੀ ਗੱਲ ਹੈ ਸੀਵਰ ਸਾਫ਼ ਕਰਨ ਵਾਲੇ ਰੱਖਣੇ ਸੀ ਜਿਨ੍ਹਾਂ ਨੇ ਨਾਲੀਆਂ ਚੋਂ ਗੰਦ ਸਾਫ਼ ਕਰਨਾ ਇਹਦੋਂ ਨੀਵਾ ਹੋਰ ਕਿਉਂ ਕੰਮ ਰਹਿ ਗਿਆ ਉਹ ਵਿਚਾਰੇ ਜਿਹੜੇ ਰੱਖਣੇ ਸੀ ਉਹਨਾਂ ਦੇ ਮਾਮਲੇ ਵਿੱਚ ਵੀ ਪਤਾ ਲੱਗਾ ਕਿ ਹੈਰਾ ਫੇਰੀ ਹੋ ਗਈ ਹੈ ਪੈਸੇ ਆ। ਇੱਕ ਤਾਂ ਉਹ ਕੁਦਰਤ ਦੇ ਮਾਰੇ ਆ। ਵੀ ਉਹਨਾਂ ਨੂੰ ਪੁੱਛਿਆ ਨਹੀਂ ਕਿਸੇ ਨੇ ਵੀ ਕਿ ਇਹਦੇ ਘਰ ਜੰਮਣਾ ਤੇ ਉਹ ਗਰੀਬਾਂ ਦੇ ਘਰ ਜੰਮ ਕੇ। ਦਲਿਤ ਪਰਿਵਾਰਾਂ 'ਚ ਜੰਮ ਪਏ। ਅਗੋਂ ਉਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਤੇ ਫਿਰ ਉਹ ਉਹਨਾਂ ਨੇ ਨੌਕਰੀ ਕਰਨੀ ਹੈ ਜਿਹੜੀ ਸਭ ਤੋਂ ਨੀਵੇਂ ਪੱਧਰੀ ਉਹ ਇਹਨੂੰ ਨੀਵੇਂ ਪੱਧਰ ਹੋਰ ਕੀ ਕਰੋਗੇ ਕਿ ਉਹਨਾਂ ਨੂੰ ਸੀਵਰ ਵਿੱਚ ਵੜ ਕੇ ਗੰਦ ਸਾਫ ਕਰਨਾ ਪੈਂਦਾ। ਤੇ ਉਹਦੇ ਵਿੱਚ ਵੀ ਪਛਤਾਚਰ ਐਦੋਂ ਪਰੇ ਕੋਈ ਹੱਦ ਰਹੀ ਗਈ। ਇਹੋ ਕੁਝ ਹੁਣ ਜੇ ਉੱਥੇ ਕਰਨਾਟਕਾ ਛੋਣ ਦਿਆ ਤੇ ਮੈਂ ਉਹਨਾਂ ਮੁੰਡਿਆਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਨੌਕਰੀ ਨਹੀਂ ਮਿਲੀ ਤੇ ਅਸੀਂ ਅੱਤਵਾਦੀ ਬਣ ਜਾਾਂਗੇ ਪਰ ਉਹਨਾਂ ਦੀ ਭਾਵਨਾ ਦੁਖੀ ਕਰਨ ਵਾਲੀ ਆ ਕਿ ਆਪਣੇ ਖੂਨ ਨਾਲ ਚੁੱਟੀ ਲਿਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਆ ਜਾਂ ਤਾਂ ਹੇਰਾ ਫੇਰੀ ਰੋਕ ਦਿਓ ਜਾਂ ਫਿਰ ਅਸੀਂ ਅੱਤਵਾਦੀ ਬਣ ਜਾਾਂਗੇ ਜੀ ਜੇ ਕੱਲ ਨੂੰ ਉਹ ਸੱਚੀ ਮੁੱਚੀ ਅੱਤਵਾਦੀ ਬਣ ਗਏ ਫਿਰ ਕਿਹਦੇ ਮਗਰ ਪੈਣਗੇ ਕਿ ਉਹ ਸਟੀਚਰ ਦੇ ਮਗਰ ਨਾ ਜਾਣਗੇ ਜਿਨ੍ਹਾਂ ਨੇ 20-25% ਨੂੰ 100% ਦੇ ਦਿੱਤਾ ਤੇ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਫੇਲ ਕਰਤਾ ਇਹੋ ਜਿਹੇ ਹਾਲਾਤ ਤੋਂ ਸਰਕਾਰ ਨੂੰ ਦੇਸ਼ ਦੀ ਸਰਕਾਰ ਨੂੰ ਤੇ ਕਰਨਾਟਕਾ ਦੀ ਸਰਕਾਰ ਨੂੰ ਵੀ ਕੁਝ ਸੋਚਣਾ ਚਾਹੀਦਾ ਦੇਸ਼ ਗਲਤ ਪਾਸੇ ਅਲ ਜਾ ਰਿਹਾ ਪੰਸਰ ਨਾਲ ਲੱਗਦੀ ਗੱਲ ਫਿਰੋਜ਼ਪੁਰ ਦੀ ਵੀ ਕਰ ਲੈਣੇ ਆ ਕਿਉਂਕਿ ਉੱਥੇ ਨੌਜਵਾਨਾਂ ਨੇ ਟੂਲ ਪਲਾਜ਼ਾ ਬੰਦ ਕਰ ਦਿੱਤਾ ਕਹਿੰਦੇ ਨੌਕਰੀ ਨਹੀਂ ਮਿਲਦੀ ਪਈ ਜੇਕਰ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਧਿਆਨ ਨਾ ਦਿੱਤਾ ਤੇ ਹੋਰ ਟੂਲ ਪਲਾਜ਼ਾ ਵੀ ਬੰਦ ਕਰਾਂਗੇ ਇਹ ਵਿਰੋਧ ਜਿਹੜਾ ਨੌਜਵਾਨਾਂ ਵਿੱਚ ਉੱਠ ਰਿਹਾ ਹੈ ਇਹਦੇ ਬਾਰੇ ਕੀ ਕਹੋਗੇ ਦੇਖੋ ਮੈਂ ਜਿੰਨੇ ਰਿਪੋਰਟ ਪੜ੍ਹੀ ਆ ਮੇਰੇ ਕੋਲ ਸਿੱਧੀ ਇਨਫੋਰਮੇਸ਼ਨ ਉੱਥੋਂ ਕੋਈ ਨਹੀਂ ਮਿਲ ਸਕੀ ਮੈਂ ਫੋਨ ਕੀਤੇ ਕੁਝ ਲੋਕਾਂ ਨੂੰ ਉਹ ਬੰਦੇ ਅੱਗੋਂ ਮਿਲੇ ਨਹੀਂ ਜੀ ਜਿੰਨੇ ਕੁ ਮੇਰੇ ਕੋਲ ਵੈਬਸਾਈਟਾਂ ਤੋਂ ਇਨਫੋਰਮੇਸ਼ਨ ਆਈ ਆ ਅਖਬਾਰਾਂ ਦੀਆਂ ਸਾਈਟਸ ਤੋਂ ਇਨਫੋਰਮੇਸ਼ਨ ਆਈ ਉਹ ਇਹ ਹੈ ਕਿ ਉਹ ਮੁੰਡੇ ਇਸ ਗੱਲ ਤੋਂ ਤੰਗ ਨੇ ਕਿ ਫੌਜ ਦੀ ਭਰਤੀ ਰੱਖੀ ਜਾਂਦੀ ਰੱਦ ਕੀਤੀ ਜਾਂਦੀ ਰੱਖੀ ਜਾਂਦੀ ਰੱਦ ਕੀਤੀ ਜਾਂਦੀ ਹੈ ਹੁਣ ਭਰਤੀ ਫੇਰ ਰੱਦ ਕਰ ਦਿੱਤੀ ਗਈ ਫਿਰ ਅਟੈਸ ਰੱਖਿਆ ਟੈਸਟ ਫਿਰ ਅੱਗੇ ਪਾਤਾ ਫਿਰ ਰੱਖਿਆ ਫਿਰ ਅੱਗੇ ਪਾਤਾ ਉਹਨਾਂ ਨੇ ਟੋਲ ਪਲਾजा ਬੰਦ ਕਰਤਾ ਔਰ ਉਹ ਕਹਿੰਦੇ ਕੀ ਆ ਕਿ ਜੇ ਇਹੋ ਹਾਲ ਰਿਹਾ ਤੇ ਅਸੀਂ ਸਾਰੇ ਪੰਜਾਬ ਦੇ ਬੰਦ ਕਰ ਦਨੇ ਪਰ ਭਰਤੀ ਜਿਹੜੀ ਉਹ ਪੰਜਾਬ ਦੀ ਨਹੀਂ ਤਵੇਲੇ ਦੀ ਬੜਾ ਬਸ਼ੀਰੇ ਦੇ ਗੱਲ ਭਰਤੀ ਭਾਰਤ ਸਰਕਾਰ ਦੀ ਹੈ ਟੋਲ ਪਲਾਜੇ ਪੰਜਾਬ ਦੇ ਬੰਦ ਹੋਣੇ ਆ ਉਹ ਇਸ ਕਰਕੇ ਕਿ ਉਹਨਾਂ ਮੁੰਡਿਆਂ ਵਿਚਾਰਿਆਂ ਕੋਲ ਹੋਰ ਹੈ ਵੀ ਕੀ ਹੈ ਕਿੱਥੇ ਚੱਲ ਜਣ ਉਹਨਾਂ ਨੂੰ ਇਹ ਦਿਸਪੇਧਰ ਆਗੇ ਜਿਹਨਨੂੰ ਕੋ ਦੱਸ ਦਿੰਦਾ ਕਿ ਰੇਲਵੇ ਆਲ ਚੱਲ ਜਦੋਂ ਉਹਦੇ ਚੱਲ ਜਿੱਦੜ ਕੋਈ ਕੋ ਦੱਸੇਗਾ ਉਹਦੇ ਚੱਲ ਜਾਣ ਉਹਨਾਂ ਦੇ ਪ੍ਰਧਾਨ ਦਾ ਬਿਆਨ ਮੈਂ ਪੜਿਆ ਉਹ ਕਹਿੰਦਾ ਜੀ ਫੌਜ ਦੀ ਭਰਤੀ ਵਾਸਤੇ ਅੱਠ ਵਾਰੀ ਨੋਟੀਫਿਕੇਸ਼ਨ ਹੋਇਆ ਭਰਤੀਆਂ ਨਿਕਲੀਆਂ ਕੁਆਲਿਫਿਕੇਸ਼ਨਾਂ ਦੇ ਮੁਤਾਬਕ ਅਸੀਂ ਜਿਹੜੇ ਕੁਆਲਿਫਾਈ ਕਰਦੇ ਸਾਂ ਅਸੀਂ ਫਿਟਨੈਸ ਟੈਸਟ ਦਿੱਤੇ ਮੋੜ ਮੋੜ ਕੇ ਅਸੀਂ ਭੱਜੇ ਦੌੜਾਂ ਲਾਲਾ ਥੱਕ ਗਏ ਜਦੋਂ ਭਰਤੀ ਦਾ ਤਰੀਕ ਆਉਂਦੀ ਆ ਤੇ ਨੋਟੀਫਿਕੇਸ਼ਨ ਰੱਦ ਹੋ ਜਾਂਦਾ ਕਹਿੰਦੇ 8 ਵਾਰ ਨੋਟੀਫਿਕੇਸ਼ਨ ਰੱਦ ਹੋਇਆ ਹੋਣ ਨੋਟੀਫਿਕੇਸ਼ਨ ਅਜੇ ਰੱਦ ਨਹੀਂ ਹੋ ਰਿਹਾ ਭਰਤੀ ਦੀਆਂ ਤਰੀਕਾਂ ਅੱਗੇ ਪਿੱਛੇ ਪੈ ਰੀਆਂ ਨੇ ਉਹ ਕਹਿੰਦੇ ਸਾਨੂੰ ਡਰਿਆ ਕਿ ਨੌਵੀਂ ਵਾਰ ਵੀ ਰੱਦ ਹੋ ਜਾਣਾ ਉਹ ਇਹ ਕਹਿੰਦੇ ਆ ਕਿ ਦੇਸ਼ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨੂੰ ਅਸੀਂ ਜਾ ਕੇ ਸਾਰੇ ਮੁੰਡੇ ਮਿਲੇ ਕਿ ਸਾਡੀ ਹਾਲਤ ਵੇਖੋ ਇੰਨੀ-ਇੰਨੀ ਵਾਰੀ ਅਸੀਂ ਟੈਸਟਾਂ ਵਾਸਤੇ ਲਾਈਨਾਂ 'ਚ ਲੱਗੇ ਤੇ ਤੁਹਾਡਾ ਨੋਟੀਫਿਕੇਸ਼ਨ ਰੱਦ ਹੋ ਗਿਆ ਜੇ ਇੱਕ ਅੱਧੀ ਵਾਰੀ ਹੋਰ ਹੋ ਗਿਆ ਤੇ ਸਾਡੇ ਚੋਂ ਅੱਧੇ ਤਾਂ ਵੈਸੇ ਹੀ ਓਵਰੇਜ ਹੋਈ ਨੇ ਅਸੀਂ ਤੇ ਮੁੜ ਕੇ ਨੌਕਰੀ ਕਰਨ ਦੇ ਕਾਬਿਲ ਹੀ ਨਹੀਂ ਰਹਿਣਾ ਜੀ ਸਾਨੂੰ ਕਿਹੜੀ ਗੱਲ ਦੀ سزا ਦੇ ਰਹਿਆ ਕਹਿੰਦੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਆਖਿਆ ਕਿ ਅਸੀਂ ਛੇਤੀ ਇਹ ਕੰਮ ਇਹਦਾ ਨਿਪਟਾਰਾ ਕਰਾਂਗੇ ਤੁਹਾਨੂੰ ਨੌਕਰੀਆਂ ਮਿਲਣਗੀਆਂ ਅਸੀਂ ਭਰਤੀ ਖੋਲ੍ਹਾਂਗੇ ਜਿਹੜੇ ਯੋਗ ਮੁੰਡੇ ਆ ਉਹ ਭਰਤੀ ਕਿਤੇ ਜਾਣਗੇ ਪਰ ਉਹ ਕਹਿੰਦੇ ਵਾਅਦਾ ਤੇ ਵਾਅਦਾ ਹੀ ਰਹੇਗਾ ਵਾਅਦੇ ਤੋਂ ਗੱਲ ਤੇ ਅੱਗੇ ਤੁਰੀ ਨਹੀਂ ਹੁਣ ਮੈਂ ਇਹਨਾਂ ਨੌਜਵਾਨਾਂ ਨੂੰ ਇਹ ਨਹੀਂ ਪੁੱਛਿਆ ਕਿ ਜਦੋਂ ਤੁਸੀਂ ਰਾਜਨਾਥ ਸਿੰਘ ਕੋਲ ਗਏ ਸੀ ਤੁਸੀਂ ਵਾਅਦੇ ਦੇ ਨਾਲ ਅਗਲੇ ਪਾਸੇ ਕੋਈ ਦੋ ਨਿੰਬੂ ਵੀ ਰਖਾਲੇ ਸੀ ਕਿ ਨਹੀਂ ਰਾਜਨਾਥ ਸਿੰਘ ਹੋਰੇ ਰਾਫੇਲ ਜਾਜ ਲੈਣ ਵਾਸਤੇ ਫਰਾਸ ਵਿੱਚ ਜਾਣ ਤੇ ਉਸ ਸੈਂਸ ਨੂੰ ਮੰਨਣ ਵਾਲੇ ਦੇਸ਼ ਦੇ ਵਿੱਚ ਜਾਜ ਦੇ ਪਹੀਆਂ ਅੱਗੇ ਨਿੰਬੂ ਰੱਖ ਕੇ ਸਾਰੀ ਦੁਨੀਆ 'ਚ ਆਪਣਾ ਮਜ਼ਾਕ ਉਡਾ ਕੇ ਲਾਏ ਨੇ ਪਰ ਇੱਥੇ ਆਪਣੇ ਦੇਸ਼ ਦੇ ਨੌਜਵਾਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਉਹਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਬੱਚੇ ਜੇ ਤੰਗ ਹੋਣਗੇ ਤੇ ਕੀ ਕਰਨਗੇ ਮੈਂ ਸਮਝਦਾ ਕਿ ਸਰਕਾਰ ਕੇਂਦਰ ਦੀ ਹੋਵੇ ਸਰਕਾਰ ਕਰਨਾਟਕਾ ਦੀ ਹੋਵੇ ਸਰਕਾਰ ਪੰਜਾਬ ਦੀ ਹੋਵੇ ਪੱਛਮੀ ਮਗਾਲ ਦੀ ਹੋਵੇ ਸਰਕਾਰ ਹਰਿਆਣਾ ਦੀ ਹੋਵੇ ਹਿਮਾਚਲ ਦੀ ਹੋਵੇ ਜਾਂ ਕੋਈ ਹੋਵੇ ਤੁਸੀਂ ਦੇਸ਼ ਦੇ ਨਾਗਰਿਕਾਂ ਵਾਸਤੇ ਜਿਹੜਾ ਤੁਹਾਡਾ ਫਰਜ਼ ਬਣਦਾ ਉਹ ਨਿਭਾਉਂ ਕਿਉਂ ਨਹੀਂ ਰਹੇ ਇਹਦਾ ਕੋਈ ਕਾਰਨ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੀ ਜੇ ਲੋਕਾਂ ਦੇ ਟੈਕਸਾਂ ਦੀ ਕਮਾਈ ਸਿਰਫ ਤੁਹਾਡੇ ਟੌਰ ਵਾਸਤੇ ਤੇ ਤੁਹਾਡੀ ਐਸ਼ ਰਾਮ ਵਾਸਤੇ ਲੱਗ ਜਾਨੀ ਹੈ ਜੇ ਲੋਕਾਂ ਦੇ ਟੈਕਸਾਂ ਦੀ ਕਮਾਈ ਲੋਕਾਂ ਦਾ ਮਜ਼ਾਕ ਉਡਾਉਣ ਦੇ ਉੱਤੇ ਇਸ਼ਤਿਹਾਰਾਂ ਤੇ ਲੱਗ ਜਾਣੇ ਇਸ ਕਰ ਤੇ ਲੱਗ ਜਾਣੇ ਕਿ ਪਰਤੀਆਂ ਰੱਖੀਆਂ ਗਈਆਂ ਰੱਦ ਕੀਤੀਆਂ ਗਈਆਂ ਰੱਖੀਆਂ ਗਈਆਂ ਰੱਦ ਕੀਤੀਆਂ ਗਈਆਂ ਤੇ ਫਿਰ ਉਹਨਾਂ ਦੇ ਵਿੱਚ ਇਹੋ ਜਿਹੇ ਚਬਲ ਬੰਦੇ ਬਿਠਾ ਦਿੱਤੇ ਗਏ ਜਿਹੜੇ 21% ਵਾਲੇ ਨੂੰ 100% ਦੀ ਦੇ ਦੇਣ ਤੇ 90% ਵਾਲੇ ਨੂੰ ਚੁੱਕ ਕੇ 9% ਦੀ ਤੇ ਲੈ ਆਉਣ ਤੇ ਫਿਰ ਨੌਜਵਾਨ ਕੀ ਕਰਨਗੇ ਮਰਦਾ ਕੀ ਨਹੀਂ ਕਰਦਾ ਜੋ ਰਾਹ ਨਿਕਲਦਾ ਹੁੰਦਾ ਉਸ ਰਾਹ ਨੌਜਵਾਨ ਪੈਂਦੇ ਜਾਂਦੇ ਉਹਨਾਂ ਨੂੰ ਰੋਕਣਾ ਰੋਕ ਲੋ ਨਹੀਂ ਤੇ ਹੱਥੋਂ ਨਿਕਲ ਜਾਣਗੇ ਕੌਣਸਾ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਤੇ ਹਮਲੇ ਹੋ ਰਿਹਾ ਸਰਕਾਰਾਂ ਲੰਬੇ ਸਮੇਂ ਤੋਂ ਕਹਿ ਰਹੀਆਂ ਉਧਰੋਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਵਾਜ਼ ਚੁੱਕ ਰਿਹਾ ਹੈ ਕੱਲ ਦੋ ਸਿੱਖ ਵਪਾਰੀਆਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਮਾਮਲਾ ਚਰਚਾ ਵਿੱਚ ਹੈ ਕਿਵੇਂ ਦੇਖਦੇ ਹਾਂ ਦੇਖੋ ਉੱਥੇ ਉਹਨਾਂ ਘੱਟ ਗਿਣਤੀ ਵਾਲੇ ਲੋਕਾਂ ਸਿੱਖਾਂ ਤੇ ਹਿੰਦੂਆਂ ਦੀ ਕੋਈ ਗਲਤੀ ਨਹੀਂ ਉਹਨਾਂ ਦੇ ਵੱਡਿਆਂ ਤੋਂ ਗਲਤੀ ਹੋਈ ਜਦੋਂ ਦੇਸ਼ ਆਜ਼ਾਦ ਹੋਇਆ ਭਾਰਤ ਆਜ਼ਾਦ ਹੋਇਆ ਤੇ ਇਹਨੂੰ ਆਜ਼ਾਦੀ ਦੇਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਹਦਾ ਇੱਕ ਵੱਡਾ ਹਿੱਸਾ ਕੱਟ ਕੇ ਤੇ ਪਾਕਿਸਤਾਨ ਬਣਾਤਾ ਉਹ ਵੀ ਇੱਕ ਥਾਂ ਨਹੀਂ ਦੋ ਥਾਵਾਂ ਤੇ ਬਣਾਇਆ ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਵਿਚਾਲੇ ਹਜ਼ਾਰਾਂ ਕਿਲੋਮੀਟਰ ਦਾ ਫਾਸਲਾ ਫਿਰ ਦੋਵੇਂ ਇਕੱਠੇ ਨਾ ਰਹਿ ਸਕੇ ਈਸਟ ਪਾਕਿਸਤਾਨ ਟੁੱਟ ਕੇ ਬੰਗਲਾਦੇਸ਼ ਬਣ ਗਿਆ ਆ ਜਿਹੜਾ ਵੈਸਟ ਪਾਕਿਸਤਾਨ ਹੁਣ ਸਿਰਫ ਪਾਕਿਸਤਾਨ ਉਸ ਪਾਕਿਸਤਾਨ ਦੇ ਵਿੱਚ ਜਿਹੜੇ ਉਸ ਵਕਤ ਲੋਕ ਰਹਿ ਗਏ ਸਨ ਉਹ ਇਹ ਸਮਝਦੇ ਸੀ ਕਿ ਅਕਬਰ ਬਾਦਸ਼ਾਹ ਤੇ ਜਹਾਂਗੀਰ ਦੇ ਵੇਲੇ ਇੱਥੇ ਹਿੰਦੂ ਤੇ ਸਿੱਖ ਹੈਗੇ ਹੀ ਸਨ ਮਹਾਰਾਜਾ ਰਜੀਤ ਸਿੰਘ ਦੇ ਰਾਜ ਵਿੱਚ ਮੁਸਲਮਾਨ ਹੈਗੇ ਹੀ ਸਨ ਕੋਈ ਫਰਕ ਨਹੀਂ ਪੈਣਾ ਪਰ ਫਰਕ ਪੈ ਗਿਆ ਕਿਉਂਕਿ ਪਾਕਿਸਤਾਨ ਇਸਲਾਮ ਦੇ ਨਾਂ ਤੇ ਇੱਕ ਧਰਮ ਦੇ ਨਾਂ ਤੇ ਬਣਾਇਆ ਗਿਆ ਸੀ ਉਸ ਧਰਮ ਤੋਂ ਬਿਨਾ ਬਾਕੀ ਧਰਮਾਂ ਵਾਲਿਆਂ ਨੂੰ ਬਰਾਬਰ ਦਾ ਦਰਜਾ ਉੱਥੇ ਨਹੀਂ ਸੀ ਮਿਲ ਸਕਦਾ ਸੈਕੰਡ ਗ੍ਰੇਡ ਸਿਟੀਜ਼ਨ ਦੂਸਰੇ ਦਰਜੇ ਦੇ ਨਾਗਰਿਕ ਉਹਨਾਂ ਬਣਾ ਦਿੱਤਾ ਗਿਆ ਉਸ ਵਕਤ ਪਾਕਿਸਤਾਨ ਬਣਾਉਣ ਵਾਲੇ ਜਿਹੜੇ ਮੁਹੰਮਦ ਅਲੀ ਜਨਾਬ ਕਾਇਦੇ ਆਜ਼ਮ ਉਹਨੇ ਆਖਿਆ ਕਿ ਇੱਥੇ ਘੱਟ ਗਿਣਤੀਆਂ ਦੇ ਹੱਕਾਂ ਦੀ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ ਪਰ ਇਹ ਕਹਿਣ ਦੀਆਂ ਗੱਲਾਂ ਸੀ ਕੌਣ ਕਰਦਾ ਹੁੰਦਾ ਬਸ ਉਹਦੇ ਤੋਂ ਬਾਅਦ ਕੋਈ ਇਹੋ ਜਿਹੀਆਂ ਗਰੰਟੀਆਂ ਨੂੰ ਨਹੀਂ ਪੁੱਛਦਾ ਹੁੰਦਾ ਥੋੜਾ ਸਮਾਂ ਪਾ ਕੇ ਜਿਹੜੀਆਂ ਘੱਟ ਗਿਣਤੀਆਂ ਸੀ ਉਹਨਾਂ ਦਾ ਕਾਹਨ ਕਰਨਾ ਸ਼ੁਰੂ ਕਰਤਾ ਹਿੰਦੂਆਂ ਦੇ ਉੱਤੇ ਹਮਲੇ ਸਿੱਖਾਂ ਉੱਤੇ ਹਮਲੇ ਇਹ ਇੱਕ ਵਾਰ ਨਹੀਂ ਕਈ ਵਾਰ ਹੋਏ ਇਹਦੇ ਤੋਂ ਇਲਾਵਾ ਫਿਰ ਇਸਾਈਆਂ ਤੇ ਹੋਏ ਇਸਾਈ ਭਾਈਚਾਰਾ ਸਮਝਦਾ ਸੀ ਕਿ ਅਸੀਂ ਦੁਨੀਆ 'ਚ ਕਿਤੇ ਵਰੀਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਪਿੱਛੇ ਦੁਨੀਆ ਦੀ ਤਾਕਤ ਦੁਨੀਆ ਦੀ ਤਾਕਤ ਤੋਂ ਜਿਹੜੇ ਫੰਡ ਲੈ ਲੈ ਕੇ ਖਾਂਦੇ ਸੀ ਅਮਰੀਕਾ ਦਾ ਦਿੱਤਾ ਖਾਂਦੇ ਸੀ ਉਹਨਾਂ ਪਾਕਿਸਤਾਨੀ ਹਾਕਮਾਂ ਦੇ ਹੁੰਦਿਆਂ ਵੀ ਪਾਕਿਸਤਾਨ ਚ ਇਸਾਈਆਂ ਤੇ ਜ਼ੁਲਮ ਹੁੰਦੇ ਰਹੇ। ਬਾਕੀ ਸਾਰਿਆਂ ਨੂੰ ਛੱਡੋ। ਫਿਰ ਮੁਸਲਮਾਨਾਂ ਵਿੱਚੋਂ ਪਹਿਲਾਂ ਜਿਹੜਾ ਅਹਿਮ ਦੀ ਅਫਰਕਾ ਕਾਦੀਆਣੀ ਮੁਸਲਮਾਨ ਜੀ ਜ਼ੁਲਫਕਾਰ ਅਲੀ ਭੁੱਟੋ ਜਦੋਂ ਪ੍ਰਧਾਨ ਮੰਤਰੀ ਬਣਿਆ ਤੇ ਉਹਨੇ ਆਖਿਆ ਤਾਂ ਮੁਸਲਮਾਨ ਨਹੀਂ ਹੁੰਦੇ। ਇਹਨਾਂ ਦੀਆਂ ਮਸਜਿਦਾਂ 'ਦ ਰੱਖਣ ਦਾ ਕੋਈ ਹੱਕ ਨਹੀਂ। ਉਹਨਾਂ ਵਿਚਾਰਾਂ ਦਾ ਕਹਾਣ ਕਰਨਾ ਸ਼ੁਰੂ ਕਰਤਾ। ਆ ਪਿਛਲੇ ਸਮੇਂ ਦੇ ਵਿੱਚ ਇਹ ਕਹਿਤਾ ਗਿਆ ਕਿ ਸ਼ੀਆ ਮੁਸਲਮਾਨ ਅਸਲੀ ਮੁਸਲਮਾਨ ਨਹੀਂ ਹੁੰਦੇ। ਅਸਲੀ ਮੁਸਲਮਾਨ ਤਾਂ ਸਿਰਫ ਸੁੰਨੀ ਮੁਸਲਮਾਨ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਬਾਬਾ ਇਕੌਮ ਹੈ ਕੈਦ ਆਜ਼ਮ ਮੁਹੰਮਦ ਅਲੀ ਜਨਾਹ ਉਹ ਸ਼ੀਆ ਸੀ ਨੋਟਾ ਤੇ ਫੋਟੋ ਉਹਦੀ ਆ ਪਰ ਉਹਦਾ ਭਾਈਚਾਰਾ ਜਿਹੜਾ ਸ਼ੀਆ ਭਾਈਚਾਰਾ ਉਹਨੂੰ ਬਰਾਬਰ ਦਾ ਮੁਸਲਮਾਨ ਨਹੀਂ ਮੰਨਿਆ ਜਾ ਰਿਹਾ ਇਹ ਉਹਨਾਂ ਦੇ ਉੱਤੇ ਵੀ ਹਮਲੇ ਹੋ ਰਹੇ ਨੇ ਹੁਣ ਮੈਂ ਫੇਰ ਆਵਾਂ ਉੱਥੇ ਕਿ ਸਿੱਖਾਂ ਦੇ ਉੱਤੇ ਤੇ ਹਿੰਦੂਆਂ ਦੇ ਉੱਤੇ ਖਾਸ ਤੌਰ ਤੇ ਹਮਲੇ ਹੁੰਦੇ ਨੇ ਜੀ ਇਹਨਾਂ ਨੂੰ ਕਾਫਰ ਆਖਿਆ ਜਾਂਦਾ ਇਨਾਂ ਦੀਆਂ ਧੀਆਂ ਪੈਣਾ ਨੂੰ ਚੁੱਕ ਕੇ ਧੱਕੇ ਨਾਲ ਨਿਕਾਹ ਕਰਵਾਉਂਦੇ ਜਾਂਦੇ ਆ ਇੱਕ ਕੁੜੀ ਨੂੰ ਚੁੱਕ ਕੇ ਲੈ ਗਏ ਉਹਨੇ ਮਾਪਿਆਂ ਨੇ ਕੇਸ ਕੀਤਾ ਕੁੜੀ ਨੇ ਅਦਾਲਤ ਤੋ ਇਤ ਜਾ ਕੇ ਅਗਲੇ ਲਿਆਏ ਸੀ ਉੱਥੇ ਆ ਕੇ ਕਹਿਤਾ ਮੈਂ ਮਰਜ਼ੀ ਨਾਲ ਗਈ ਆ ਪਰ ਜਦੋਂ ਘਰ ਚਲੇ ਗਏ ਤੇ ਘਰ ਦੇ ਲੋਕ ਕੰਮ ਤੇ ਗਏ ਸੀ ਉਹਨੇ ਉੱਚੀ ਉੱਚੀ ਚੀਕਾਂ ਮਾਰ ਕੇ ਆਖਿਆ ਮੈਨੂੰ ਅਗਵਾ ਕਰਕੇ ਲਿਆਂਦਾ ਮੇਰੇ ਤੋਂ ਕੁੱਟ ਕੇ ਅਦਾਲਤ ਤੋ ਬਿਆਨ ਦਵਾਇਆ ਗਿਆ ਮਸਲਾ ਅਦਾਲਤ ਤੋ ਚਲਾ ਗਿਆ ਫਿਰ ਅਦਾਲਤ ਨੇ ਕੁੜੀ ਵਾਪਸ ਕਰਵਾਤੀ ਕੁੜੀ ਫਿਰ ਚੁੱਕ ਲਿਆਂਦੀ ਤੇ ਲਿਆ ਕੇ ਇੱਕ ਮੁਸਲਮਾਨ ਮੁੰਡੇ ਨਾਲ ਧੱਕੇ ਨਾਲ ਵਿਆਹ ਦਿੱਤੀ ਗਈ ਇਹ ਸਾਰਾ ਕੁਝ ਉੱਥੇ ਵਾਪਰਿਆ ਉੱਥੋਂ ਦੀ ਪਾਕਿਸਤਾਨ ਗੁਰਦੁਆਰਾ ਕਮੇਟੀ ਹੋਰ ਕਮੇਟੀਆਂ ਨੇ ਦਬਾ ਥੱਲੇ ਕਿ ਉਹਨਾਂ ਦੇ ਕਹਿਣ ਤੇ ਭਾਰਤ ਦੇ ਖਿਲਾਫ ਤਾਂ ਬੋਲਦੇ ਆ ਆਪਣੇ ਦੇਸ਼ ਦੀ ਸਰਕਾਰ ਦੇ ਖਿਲਾਫ ਨਹੀਂ ਬੋਲਦੇ ਉਹ ਜਦੋਂ ਬੋਲਣਾ ਆਪਣੇ ਦੇਸ਼ ਦੀ ਆਪੋਜੀਸ਼ਨ ਦੇ ਖਿਲਾਫ ਬੋਲਦੇ ਆ ਕਿਉਂਕਿ ਉਹਨਾਂ ਨੂੰ ਪਤਾ ਰੱਬ ਨੇੜੇ ਕਿ ਕਸਨ ਸਰਕਾਰ ਸਿਰ ਤੇ ਆ ਜੇ ਸਿੱਧੇ ਖਰਾਬ ਬੋਲੇ ਕੀ ਬਣੇਗਾ ਹੁਣ ਵਾਰ-ਵਾਰ ਉੱਥੇ ਕਤਲ ਹੋ ਰਿਹਾ ਫਿਰ ਦੋ ਸਿੱਖਾਂ ਦੇ ਕਤਲ ਹੋ ਗਏ ਕਾਰੋਬਾਰੀ ਸਿੱਖ ਨੇ ਕਿਸੇ ਦਾ ਦਿੱਤਾ ਨਹੀਂ ਖਾਂਦੇ ਮਿਹਨਤ ਕਰਕੇ ਖਾਂਦੇ ਪਰ ਜੇ ਪਿਛਲੇ ਕਤਲਾਂ ਦਾ ਕੁਝ ਨਹੀਂ ਹੋਇਆ ਤੇ ਇਹਨਾਂ ਦੀ ਵਾਰੀ ਕੀ ਹੋ ਜਾਏਗਾ ਹੁਣ ਉਹਨਾਂ ਦੇ ਕਤਲਾਂ ਬਾਰੇ ਕਹਿੰਦੇ ਆ ਕਿ ਆਈਐਸਕੇਪੀ ਨੇ ਜ਼ਿੰਮੇਵਾਰੀ ਲਈ ਆਈਐਸਕੇਪੀ ਕੀ ਐਸ ਇслаਮਿਕ ਸਟੇਟ ਜਿਹੜੀ ਪਹਿਲਾਂ ਆਈਐਸ ਆਈਐਸ ਹੁੰਦੀ ਸੀ ਇਸਲਾਮਿਕ ਸਟੇਟ ਆਫ ਇਰਾਨ ਐਂਡ ਸੀਰੀਆ ਫਿਰ ਆਈਐਸ ਆਈਐਲ ਬਣ ਗਈ ਇਸਲਾਮਿਕ ਸਟੇਟ ਆਫ ਇਰਾਨ ਐਂਡ ਲਿਵਾਂਤ ਲਿਵਾਂਤ ਵਾਲਿਆ ਫਿਰ ਉਹਦੇ ਤੋਂ ਬਾਅਦ ਉਹ ਹੌਲੀ ਹੌਲੀ ਚੱਲਦੇ ਚੱਲਦੇ ਜਿੱਥੇ ਜਾਂਦੇ ਆ ਉਥੋਂ ਦੀ ਆਈਐਸ ਬਣਾ ਲੈਂਦੇ ਆ ਅੱਜ ਕੱਲ ਉਹਨਾਂ ਨੇ ਆਈਐਸ ਕੇਪੀ ਬਣਾਈ ਹੈ ਕੇਪੀ ਦਾ ਮਤਲਬ ਖੈਬਰ ਪਖਤੂਨਖਵਾਸ ਸਟੇਟ ਜਿੱਥੇ ਇਮਰਾਨ ਖਾਨ ਦੀ ਪਾਰਟੀ ਦਾ ਰਾਜ ਹੈ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਚ ਸਭ ਤੋਂ ਵੱਧ ਮਜ਼ਬੂਤ ਉਸ ਰਾਜ ਹੈ ਉੱਥੇ ਆਈਐਸਕੇਪੀ ਵਾਲਿਆਂ ਨੇ ਜਿਉ ਦੋ ਨੌਜਵਾਨ ਮਾਰ ਦਿੱਤੇ ਆ ਸਿੱਖ ਨੌਜਵਾਨ ਤੇ ਇਸ ਪਾਰਟੀ ਨੂੰ ਨਾ ਪੀੜਤ ਪਰਿਵਾਰਾਂ ਨਾਲ ਖਲੋਣਾ ਚਾਹੀਦਾ ਇਹਨਾਂ ਦੀ ਆਪਣੀ ਸਰਕਾਰ ਹੈ ਉੱਥੇ ਤੇ ਸ਼ਾਹਬਾਦ ਸ਼ਰੀਫ ਦੀ ਸਰਕਾਰ ਨਹੀਂ ਨਾ ਕਿ ਪਾਰਟੀ ਉੱਥੇ ਉਹਨਾਂ ਦੇ ਨਾਲ ਨਹੀਂ ਖਲੋ ਸਕੀ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਬੰਦੇ ਫੜ ਲੈਣੇ ਦੋਸ਼ੀ ਫੜ ਲੈਣੇ ਅੱਜ ਤੱਕ ਤੇ ਕਦੀ ਤੁਹਾਡੇ ਕੋਲ ਦੋਸ਼ੀ ਕੋ ਫੜਿਆ ਨਹੀਂ ਗਿਆ ਹੁਣ ਪਤਾ ਨਹੀਂ ਤੁਸੀਂ ਕਿੱਥੋਂ ਫੜ ਲਓਗੇ ਅਸੀਂ ਸਿਰਫ ਕਾਮਨਾ ਕਰ ਸਕਦੇ ਹਾਂ ਕਿ ਉਹਨਾਂ ਸਿੱਖਾਂ ਨਾਲ ਤੇ ਉਹਨਾਂ ਹਿੰਦੂਆਂ ਨਾਲ ਜਿਹੜੇ ਪਾਕਿਸਤਾਨ 'ਚ ਨੇ ਸੁੱਖ ਰਹਿਣ ਉਹਨਾਂ ਵਾਸਤੇ ਪਰ ਹਾਲਾਤ ਜਿਦਾਂ ਦੇ ਆ ਭਾਰਤ ਸਰਕਾਰ ਵੀ ਇੱਕ ਹੱਦ ਤੋਂ ਬਾਅਦ ਦਖਲ ਨਹੀਂ ਦੇ ਸਕਦੀ ਵੱਧ ਤੋਂ ਵੱਧ ਡਿਪਲੋਮੈਟਿਕ ਪ੍ਰੋਟੈਸਟ ਕਰ ਸਕਦੀ ਹੈ ਜੀ ਪਾਕਿਸਤਾਨ ਸੋਵਰਨ ਸਟੇਟ ਹੈ ਖੁਦਮੁਖਤਾਰ ਦੇਸ਼ ਹੈ ਉਹਦੇ ਵਿੱਚ ਭਾਰਤ ਦੀ ਸਰਕਾਰ ਸਿੱਧਾ ਦਖਲ ਨਹੀਂ ਦੇ ਸਕਦੀ ਯੂਨੈਸਕੋ ਵੀ ਸਿੱਧਾ ਦਖਲ ਨਹੀਂ ਦੇ ਸਕਦੀ ਇਸ ਕਰਕੇ ਬਾਹਰੋਂ ਬੈਠ ਕੇ ਸਿਰਫ ਸੁੱਖ ਮੰਗੀ ਜਾ ਸਕਦੀ ਹੈ ਅਸੀਂ ਸੁਖ ਮੰਗਦੇ ਹਾਂ ਕਿ ਜੋ ਹੋ ਗਿਆ ਸੋ ਹੋ ਗਿਆ ਅੱਗੋਂ ਕੁਝ ਹੋਰ ਨਾ ਹੋਵੇ ਤਾਂ ਸਰ ਤੁਸੀਂ ਇਮਰਾਨ ਖਾਨ ਹੁਣਾਂ ਦਾ ਜ਼ਿਕਰ ਕੀਤਾ ਉਹਨਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਪਾਕਿਸਤਾਨ ਨੂੰ ਅਮਰੀਕਾ ਨੇ ਗੁਲਾਮ ਬਣਾ ਲਿਆ ਬਿਨਾਂ ਲੜਾਈ ਲੜੇ ਜੰਦ ਲੜੇ ਇਹ ਕਿਵੇਂ ਦੇਖਦੇ ਐ ਇਸ ਗੱਲਬਾਤ ਨੂੰ ਪਾਕਿਸਤਾਨ ਨੂੰ ਕਦੇ ਜਾਂ ਇਮਰਾਨ ਖਾਨ ਹੁਣ ਪਹਿਲਾਂ ਯਾਦ ਨਹੀਂ ਆਇਆ ਕਦੀ ਇਹ ਜਦੋਂ ਕੁਰਸੀ ਤੋਂ ਉੱਠ ਗਿਆ ਤੇ ਕਹਿੰਦਾ ਇਹਦੇ ਜਦ ਤੱਕ ਕੁਰਸੀ ਨੂੰ ਖਤਰਾ ਨਹੀਂ ਹੋਇਆ ਉਹਨਾਂ ਚਿਰ ਤੱਕ ਤੇ ਇਹਨੇ ਗੱਲ ਆਖੀ ਕੋਈ ਨਹੀਂ 1947 ਤੋਂ ਲੈ ਕੇ UNO ਦੇ ਵਿੱਚ ਅਮਰੀਕਾ ਭਾਰਤ ਦੇ ਖਿਲਾਫ ਪਾਕਿਸਤਾਨ ਦੇ ਨਾਲ ਖਲੋਂਦਾ ਆ। ਉਹਦੇ ਦੀ ਤੇ ਕਦੇ ਇਹ ਗੱਲ ਆਈ ਨਹੀਂ ਸੀ। ਹੁਣ ਆ ਪਿਛਲੇ 8-10 ਸਾਲਾਂ ਤੋਂ ਆਣੀ ਸ਼ੁਰੂ ਹੋਈ ਆ। ਖਾਸ ਕਰਕੇ ਡੋਨਲਡ ਟਰੰਪ ਦੇ ਰਾਜ ਵਿੱਚ ਜਿਹੜੀ ਉਹਨੇ ਝਾੜ ਪਾਈ ਉਸ ਵਕਤ ਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਤੇ ਹੋਰਨਾਂ ਨੂੰ ਵੀ ਉਹਨੇ ਅਖਾ ਤੁਸੀਂ ਕਰਦੇ ਕੀ ਪਏ ਹੋ? ਪੈਸੇ ਸਾੜ ਤੋਂ ਲੈਨੇ ਹੋ ਤੇ ਮਦਦ ਤਾਲਿਬਾਨ ਦੀ ਕਰਦੇ ਹੋ। ਦਿੱਤਾ ਸਾਡਾ ਖਾਣੇ ਹੋ। ਤੇ ਉਹਨਾਂ ਜਥੇਬੰਦੀਆਂ ਦੀ ਮਦਦ ਕਰਦੇ ਹੋ ਜਿਨ੍ਹਾਂ ਨੇ ਵਰਲਡ ਟ੍ਰੇਡ ਸੈਂਟਰ ਤੇ ਟਾਵਰਾਂ ਤੇ ਜਹਾਜ਼ ਮਰਵਾਏ ਸੀ ਇਹ ਕੰਮ ਨਹੀਂ ਚੱਲਣਾ ਉਹਨੇ ਆ ਕੇ ਇਹਨਾਂ ਦੀ ਫੰਡਿੰਗ ਵੀ ਘਟਾਈ ਇਹਨਾਂ ਦੀ ਹਰ ਕਿਸਮ ਦੀ ਮਦਦ ਘਟਾ ਦਿੱਤੀ ਇਹ ਫਿਰ ਚੀਨ ਵੱਲ ਗਏ ਚੀਨ ਦੀਆਂ ਸ਼ਰਤਾਂ ਬੜੀਆਂ ਕਰੜੇ ਸ਼ਾਹ ਵਾਲੀਆਂ ਨੇ ਉਹਦਾ ਤੇ ਵਿਆਜ ਹੀ ਕਰੜੇ ਸ਼ਾਹ ਵਿਆਜੜੂ ਸ਼ਾਹ ਆ ਉਹਦੇ ਵਿੱਚ ਫਸਣ ਲੱਗ ਪਏ ਫਿਰ ਅਮਰੀਕਾ ਵੱਲ ਗਏ ਉਹਨਾਂ ਆਖਣਾ ਆਦਤਾਂ ਸਦਾਰੋ ਉਹਨੇ ਚੰਨੋ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਸਰਗਰਮ ਹੋ ਗਈ ਐਫ ਏ ਟੀ ਐਫ ਉਹਨਾ ਅਖਰ ਤੁਸੀਂ ਅੱਤਵਾਦ ਨੂੰ ਫੰਡਿੰਗ ਕਰਦੇ ਹੋ ਜਿਹੜਾ ਪੈਸਾ ਤੁਹਾਡੇ ਕੋਲ ਜਾਂਦਾ ਉਹ ਕੁਝ ਫੌਜੀ ਜਰਨੈਲਾਂ ਦੀਆਂ ਜੇਬਾਂ 'ਚ ਪੈਂਦਾ ਕੁਝ ਲੀਡਰਾਂ ਦੇ ਤੇ ਇੱਕ ਹਿੱਸਾ ਕੱਢ ਕੇ ਅੱਤਵਾਦੀਆਂ ਵਾਸਤੇ ਜਾਂਦਾ ਬੰਦ ਕਰੋ ਇਹ ਸਾਰੇ ਦੋਸ਼ ਲੱਗਣ ਲੱਗ ਪਏ ਉਦੋਂ Imran Khan ਨਹੀਂ ਬੋਲਿਆ ਹੁਣ Imran Khan ਇਹ ਨਹੀਂ ਕਹਿੰਦਾ ਕਿ ਇੱਥੇ ਅਮਰੀਕਾ ਨੇ ਕਬਜ਼ਾ ਕਰ ਲਿਆ ਸਾਨੂੰ ਗੁਲਾਮ ਬਣਾ ਲਿਆ ਤੇ ਲੜਾਈ ਲੜੀ ਨਹੀਂ ਬਿਗੈਰ ਲੜਾਈ ਲੜੀ ਤੋਂ ਬਣਾ ਲਿਆ ਅੱਜ ਉਹਨੇ ਇੱਕ ਹੋਰ ਬਿਆਨ ਦਿੱਤਾ ਕਹਿੰਦਾ ਮੇਰਾ ਕਤਲ ਹੋ ਸਕਦਾ ਮੈਂ ਲਿਖ ਕੇ ਰੱਖ ਚੱਲਿਆ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੇ ਤੋਂ ਬਾਅਦ ਮੈਂ ਪਾਕਿਸਤਾਨ ਦੀ ਜਨਤਾ ਨੂੰ ਕਹਿੰਦਾ ਕਿ ਮੇਰੇ ਵਾਸਤੇ ਇਨਸਾਫ ਤੁਸੀਂ ਮੰਗਿਓ ਜੀ ਵੀ ਇਹ ਤਾਂ ਹੋ ਸਕਦਾ ਪਾਕਿਸਤਾਨ ਬਣਦੇ ਸਾਰੀ ਪਹਿਲਾ ਪ੍ਰਧਾਨ ਮੰਤਰੀ لیاقت ਅਲੀ ਖਾਨ ਉਹਦਾ ਕੀ ਬਣਿਆ ਸੀ ਔਰ ਜਿੱਥੇ لیاقت ਅਲੀ ਖਾਨ ਮਰਿਆ ਸੀ ਉਹਦਾ ਕਤਲ ਕੀਤਾ ਗਿਆ ਸੀ ਉਹਦੀ ਯਾਦ ਵਿੱਚ لیاقت ਬਾਗ ਬਣਾਇਆ ਸੀ ਉਸੇ ਥਾਂ ਤੇ ਬਾਅਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਬੇਨजीर भुट्टੋ ਜਲਸਾ ਕਰਕੇ ਬਾਹਰ ਨਿਕਲਦੀ ਪਈ ਸੀ ਉਹਨੂੰ ਗੋਲੀ ਮਾਰੀ ਇੱਕੋ ਬਾਗ ਦੇ ਵਿੱਚ ਦੋ ਸਾਬਕਾ ਪ੍ਰਧਾਨ ਮੰਤਰੀ ਮਰ ਚੁੱਕੇ ਨੇ ਇੱਕ ਪ੍ਰਧਾਨ ਮੰਤਰੀ ਫਾਂਸੀ ਟੰਗਿਆ ਜਾ ਚੁੱਕਾ ਜ਼ੁਲਫਕਾਰ ਅਲੀ ਪੁੱਟੋ ਹੁਣ Imran Khan ਨੂੰ ਚੇਤਾ ਆ ਗਿਆ ਜਦੋਂ ਉਸ ਦੇਸ਼ ਦੇ ਹਾਲਾਤ ਇੰਨੇ ਵਿਗੜਦੇ ਗਏ ਸਨ ਕਦੇ Imran Khan ਨੂੰ ਇਸ ਗੱਲ ਦਾ ਚੇਤਾ ਆਇਆ ਸੀ ਹਾਲਾਤ ਕਿੱਧਰ ਨੂੰ ਜਾਂਦੇ ਅੱਜ ਫੌਜ ਵੀ ਉੱਥੋਂ ਦੀ ਜਿਹੜੀ ਆ ਉਹ Imran Khan ਨੂੰ ਕੀ ਕਹਿੰਦੀ ਆ ਅਮਰੀਕਾ ਤਾਂ ਸਾਡਾ ਫਰੈਂਡਲੀ ਕੰਟਰੀ ਹੈ ਸਾਡਾ ਦੋਸਤ ਦੇਸ਼ ਹੈ ਇਸ ਕਰਕੇ ਕਹਿੰਦੀ ਆ ਕਿਉਂਕਿ ਪਿਛਲੇ 40 ਸਾਲਾਂ ਤੋਂ 1980 ਤੋਂ ਲੈ ਕੇ ਅਮਰੀਕਾ ਵਾਲੇ ਫੌਜੀ ਜਰਨੈਲਾਂ ਨੂੰ ਲਗਾਤਾਰ ਪੈਸਾ ਦੇ ਰਿਆ ਅਫਗਾਨਿਸਤਾਨ ਦੇ ਵਿੱਚ ਆਪਣਾ ਅੱਡਾ ਕੈਂਪ ਰੱਖਣ ਵਾਸਤੇ ਉਹ ਜਿਹੜੀ ਆਦਤ ਪੈ ਚੁੱਕੀ ਹੈ ਪਾਕਿਸਤਾਨ ਦੇ ਜਰਨੈਲ ਅੱਧੀ ਤੇਰੀ ਮੈਂ ਮੁਲਾਜੇਦਾਰਾ ਤੇ ਅੱਧੀ ਮੈਂ ਗਰੀਬ ਜੱਟ ਦੀ ਅੱਧੇਕ ਅਮਰੀਕਾ ਦੇ ਨੇ ਅੱਧੇਕ ਪਾਕਿਸਤਾਨ ਦੇ ਵਿੱਚ ਜਿਹੜੀਆਂ ਸਰਗਰਮ ਇਸਲਾਮੀ ਕੱਟੜਵਾਦ ਦੀਆਂ ਸ਼ਕਤੀਆਂ ਨੇ ਅਤਵਾਦੀ ਨੇ ਉਹਨਾਂ ਦੇ ਨਾਲ ਨੇ ਉੱਥੋਂ ਦੀ ਫੌਜ ਪਾਕਿਸਤਾਨ ਦੀ ਕਹਿਣ ਨੂੰ ਫੌਜ ਆ ਅਸਲ ਵਿੱਚ ਪਾਕਿਸਤਾਨ ਦੀ ਫੌਜ ਨਹੀਂ ਉਹ ਵਕ ਵਕ ਥਾਵਾਂ ਦੇ ਨਾਲ ਜਿਹੜੀਆਂ ਤਾਰਾਂ ਜੁੜੀਆਂ ਨੇ ਉਹਦੇ ਮੁਤਾਬਕ ਕੰਮ ਕਰਦੀ ਐ ਉਸ ਫੌਜ ਤੋਂ ইমরান ਖਾਨ ਹੋਵੇ ਕੋਈ ਹੋਰ ਹੋਵੇ ਕਿਸੇ ਨੂੰ ਵੀ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਰਹਿ ਗਈ ਗੱਲ ইমরান ਖਾਨ ਦੀ ਅਸੀਂ ਸੁੱਖ ਮੰਗਾਂਗੇ ਕਿ ਸਭ ਕੁਝ ਠੀਕ ਹੋਵੇ ਉਹਦੇ ਖਦਸ਼ੇ ਗਲਤ ਸਾਬਤ ਹੋਣ ਬੰਦੇ ਦੀ ਜਾਨ ਬਚੀ ਰਵੇ ਪਰ ਹਾਲਾਤ ਪਾਕਿਸਤਾਨ 'ਚ ਇਸ ਤਰ੍ਹਾਂ ਦੇ ਐ ਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਹੁੰਦਾ ਰਿਹਾ ਕੱਲ ਨੂੰ ਕਿਹੜੇ ਵੇਲੇ ਕੀ ਹੋ ਜਾਣਾ ਬੰਦਾ ਪਾਣੀ ਦਾ ਬੁਲਬੁਲਾ ਉੱਥੇ ਤੇ ਜਿਹੜਾ ਮੁਹਾਵਰਾ ਹੁੰਦਾ ਨਾ ਮਰਨਾ ਸੱਚ ਤੇ ਜੀਣਾ ਝੂਠ ਉਹ ਪਾਕਿਸਤਾਨ 'ਚ ਆ ਕੋਈ ਗਰੰਟੀ ਨਹੀਂ ਕਿਸੇ ਗੱਲ ਦੀ ਕਰ ਸਕਦਾ ਖੈਰ ਤਾਂ ਆਪਾਂ ਨੂੰ ਸਭ ਸਾਰਿਆਂ ਨੇ ਮੰਗਣੀ ਚਾਹੀਦੀ ਹੈ ਖਬਰਾਂ ਹੋਰ ਵੀ ਬਹੁਤ ਸਾਰੀਆਂ ਸਰ ਪਰ ਤੁਸੀਂ ਚਰਚਾ ਕੀਤੀ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਸੋ ਆਇਦਰ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੀ ਇਜਾਜ਼ਤ ਦੇ ਦਰੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ